ਤੁਸੀਂ ਦੇਖ ਸਕਦੇ ਹੋ ਕਿ ਕੋਟਕਪੁਰਾ ਪੁਲਿਸ ਦੀ ਇੱਕ ਘਰ ਅਚਾਨਕ ਰੇਡ ਹੋਈ ਆ। ਤਾਂ ਦੇਖ ਸਕਦੇ ਹੋ ਕੀ ਮਿਲਦਾ ਇੱਥੋਂ। ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ, ਉੱਥੇ ਬੀਤੇ ਦਿਨਾਂ ਵੀ ਸ਼ੱਕੀ ਘਰਾਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਲਈ ਗਈ ਹੈ। ਦੱਸ ਦਈਏ ਕਿ ਇਸ ਦੌਰਾਨ ਪੁਲਿਸ ਨੇ ਕਈ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਬੈੱਡ, ਉਹਨਾਂ ਦੇ ਭਾਂਡੇ ਤੱਕ ਪੁਲਿਸ ਦੇ ਵੱਲੋਂ ਫਲੋਰੇ ਗਏ ਨੇ। ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਨਸ਼ਾ ਸਪਲਾਈ ਕੀਤਾ ਜਾਂਦਾ, ਤਸਕਰੀ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਅਤੇ ਚੈਕਿੰਗ ਅਭਿਆਨ ਚਲਾਇਆ ਜਾਂਦਾ। ਤਾਂ ਦੱਸ ਦਈਏ ਕਿ ਫਰੀਦਕੋਟ ਦੇ ਮੁਹੱਲਾ ਸ਼ੇਰੇ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ। ਪੁਲਿਸ ਨੂੰ ਇੱਥੇ ਇਤਲਾਹ ਮਿਲੀ ਸੀ, ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਧੜੱਲੇ ਦੇ ਨਾਲ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕੁਝ ਸ਼ੱਕੀ ਘਰਾਂ ਦੀ ਪੁਲਿਸ ਦੇ ਵੱਲੋਂ ਪਹਿਚਾਣ ਕੀਤੀ ਗਈ ਅਤੇ ਹੁਣ ਉਹਨਾਂ ਘਰਾਂ ਦੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਵੀ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਹੈ। ਤਾਂ ਇਹ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਆਏ ਦਿਨ ਉੱਥੇ ਵੱਡੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਹੁੰਦੀ ਹੈ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਹੀ ਨਸ਼ਟ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਜਿੱਥੇ ਨਜਾਇਜ਼ ਨਸ਼ਾ ਜੋ ਵੇਚਿਆ ਜਾ ਰਿਹਾ ਉਸਦੇ ਖਿਲਾਫ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਕਸ ਤੋਂ ਓਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਹੁਣ ਪੁਲਿਸ ਦੇ ਵੱਲੋਂ ਕੁਝ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਹੈ। ਸਰਦਾਰ ਹਰਜੀਤ ਸਿੰਘ, SSP ਸਾਹਿਬ ਫਰੀਦਕੋਟ, ਉਹਨਾਂ ਦੀ ਹਦਾਇਤ ਮੁਤਾਬਕ ਜਿਹੜਾ ਵੱਖ ਵੱਖ ਜਿਹੜੇ ਕੋਟਕਪੁਰਾ ਦੇ ਏਰੀਏ 'ਚ ਡੇਲੀ ਸਰਚ ਆਪਰੇਸ਼ਨ ਜਿਹੜੇ ਚਲਾ ਰਹੇ ਹੈ, ਜਿਹੜੇ ਵੀ ਨਸ਼ਾ ਵੇਚਣ ਵਾਲੇ ਹੈ, ਜਿਹੜੇ ਸਸਪੈਕਟਡ ਪਰਸਨਸ ਹੈ, ਉਹਨਾਂ ਦੀ ਲਿਸਟਾਂ ਅਸੀਂ ਬਣਾ ਕੇ ਡੇਲੀ ਸਵੇਰੇ ਸ਼ਾਮ ਉਹਨਾਂ 'ਤੇ ਅਸੀਂ ਰੇਡ ਕਰ ਰਹੇ ਹਾਂ। ਅਤੇ ਜਿਹੜੀ ਵੀ ਬਰਾਮਦ ਹੋਈ ਹੈ ਵੱਧ ਤੋਂ ਵੱਧ ਅਸੀਂ ਉਹਨਾਂ ਦੇ ਪਰਚੇ ਦੇ ਰਹੇ ਹਾਂ। ਹਾਂਜੀ, ਅੱਜ ਵੀ ਇਨਫੋਰਮੇਸ਼ਨ 'ਤੇ ਅਸੀਂ ਜਿਵੇਂ ਸਵੇਰੇ ਅੱਜ ਰੇਡ ਕੀਤੀ ਸੀ, ਅੱਜ ਅਸੀਂ ਹੁਣ ਦੁਬਾਰਾ ਰੋਡ 'ਤੇ ਸਾਰਾ ਚੈਕਿੰਗ ਕੀਤੀ। ਹਜੇ ਕਰ ਰਹੇ ਹਾਂ ਜੀ, ਹਜੇ ਰੇਡ ਚੱਲ ਗਈ। ਤੁਸੀਂ ਦੇਖ ਸਕਦੇ ਹੋ ਕਿ ਕੋਟਕਪੁਰਾ ਪੁਲਿਸ ਦੀ ਇੱਕ ਘਰ ਅਚਾਨਕ ਰੇਡ ਹੋਈ ਆ। ਤਾਂ ਦੇਖ ਸਕਦੇ ਹੋ ਕੀ ਮਿਲਦਾ ਇੱਥੋਂ। ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ, ਉੱਥੇ ਹੀ ਬੀਤੇ ਦਿਨਾਂ ਵੀ ਸ਼ੱਕੀ ਘਰਾਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਲਈ ਗਈ ਹੈ। ਦੱਸ ਦਈਏ ਕਿ ਇਸ ਦੌਰਾਨ ਪੁਲਿਸ ਨੇ ਕਈ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਬੈੱਡ, ਉਹਨਾਂ ਦੇ ਭਾਂਡੇ ਤੱਕ ਪੁਲਿਸ ਦੇ ਵੱਲੋਂ ਫਲੋਰੇ ਗਏ ਨੇ। ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਨਸ਼ਾ ਸਪਲਾਈ ਕੀਤਾ ਜਾਂਦਾ, ਤਸਕਰੀ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਅਤੇ ਚੈਕਿੰਗ ਅਭਿਆਨ ਚਲਾਇਆ ਜਾਂਦਾ। ਤਾਂ ਦੱਸ ਦਈਏ ਕਿ ਫਰੀਦਕੋਟ ਦੇ ਮੁਹੱਲਾ ਸ਼ੇਰੇ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ। ਪੁਲਿਸ ਨੂੰ ਇੱਥੇ ਇਤਲਾਹ ਮਿਲੀ ਸੀ, ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਧੜੱਲੇ ਦੇ ਨਾਲ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕੁਝ ਸ਼ੱਕੀ ਘਰਾਂ ਦੀ ਪੁਲਿਸ ਦੇ ਵੱਲੋਂ ਪਹਿਚਾਣ ਕੀਤੀ ਗਈ ਅਤੇ ਹੁਣ ਉਹਨਾਂ ਘਰਾਂ ਦੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਵੀ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਹੈ। ਤਾਂ ਇਹ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਆਏ ਦਿਨ ਉੱਥੇ ਵੱਡੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਹੁੰਦੀ ਹੈ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਹੀ ਨਸ਼ਟ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਜਿੱਥੇ ਨਜਾਇਜ਼ ਨਸ਼ਾ ਜੋ ਵੇਚਿਆ ਜਾ ਰਿਹਾ ਉਸਦੇ ਖਿਲਾਫ ਪੁਲਿਸ ਦੇ ਵੱਲੋਂ ਲਗਾਤਾਰ
ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਕਾਸਤੋ ਆਪਰੇਸ਼ਨ ਚਲਾਏ ਜਾ ਰਹੇ ਨੇ ਤੇ ਹੁਣ ਪੁਲਿਸ ਦੇ ਵੱਲੋਂ ਕੁਝ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਹੈ। ਸਰਦਾਰ ਹਰਜੀਤ ਸਿੰਘ SSP ਸਾਹਿਬ ਫਰੀਦਕੋਟ, ਉਹਨਾਂ ਦੀ ਹਦਾਇਤ ਮੁਤਾਬਕ ਜਿਹੜਾ ਵੱਖ ਵੱਖ ਜਿਹੜੇ ਕੋਟਪੁਰਾ ਦੇ ਏਰੀਏ 'ਚ ਡੇਲੀ ਸਰਚ ਆਪਰੇਸ਼ਨ ਜਿਹੜੇ ਚਲਾ ਰਹੇ ਹੈ, ਜਿਹੜੇ ਵੀ ਨਸ਼ਾ ਵੇਚਣ ਵਾਲੇ ਹੈ, ਜਿਹੜੇ ਸਸਪੈਕਟਡ ਪਰਸਨ ਹੈ, ਉਹਨਾਂ ਦੀ ਲਿਸਟਾਂ ਅਸੀਂ ਬਣਾ ਕੇ ਡੇਲੀ ਸਵੇਰੇ ਸ਼ਾਮ ਉਹਨਾਂ 'ਤੇ ਅਸੀਂ ਰੇਡ ਕਰ ਰਹੇ ਹਾਂ। ਜਿਹੜੀ ਵੀ ਬਰਾਮਦਗੀ ਵੱਧ ਤੋਂ ਵੱਧ ਅਸੀਂ ਉਹਨਾਂ ਦੇ ਪਰਚੇ ਦੇ ਰਹੇ ਹਾਂ। ਅੱਜ ਵੀ ਕੋਈ ਇਨਫੋਰਮੇਸ਼ਨ ਸੀ? ਹਾਂਜੀ, ਅੱਜ ਵੀ ਇਨਫੋਰਮੇਸ਼ਨ 'ਤੇ ਅਸੀਂ ਜਿਵੇਂ ਸਵੇਰੇ ਅੱਜ ਰੇਡ ਕੀਤੀ ਸੀ, ਅੱਜ ਅਸੀਂ ਹੁਣ ਦੁਬਾਰਾ ਰੋਡ 'ਤੇ ਸਾਰਾ ਚੈਕਿੰਗ ਕੀਤੀ। ਬਰਾਮਦਗੀ ਹੋਈ ਫਿਲਹਾਲ? ਹਜੇ ਕਰ ਰਹੇ ਹਾਂ ਜੀ, ਹਜੇ ਰੇਡ ਚੱਲ ਗਈ।